ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਬੱਬੂ ਮਾਨ ਨੇ ਵੀ ਸਿੱਧੂ ਮੁਸੈਲ ਦੇ ਛੋਟੇ ਭਾਈ ਦੇ ਇਸ ਦੁਨੀਆ ਤੇ ਆਉਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਬੱਬੂ ਮਾਨ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਅ ਨਿਊ ਲਾਈਫ ਵਿਸ਼ਡ ਫਾਰ ਐਂਡ ਪ੍ਰੇਡ ਫਾਰ ਇੱਕ ਨਵੀਂ ਜ਼ਿੰਦਗੀ ਜੋ ਕਿ ਸਾਡੇ ਵੱਲੋਂ ਵਿਸ਼ਿਸ਼ ਕੀਤੀ ਗਈ ਸੀ ਮੰਗੀ ਗਈ ਸੀ ਪ੍ਰਮਾਤਮਾ ਤੋਂ ਤੇ ਜਿਸ ਦੇ ਕਰਕੇ ਆਪਾਂ ਬਹੁਤ ਸਾਰੀਆਂ ਪ੍ਰਾਰਥਨਾ ਕੀਤੀਆਂ ਸਨ ਕੰਗ੍ਰੈਚੂਲੇਸ਼ਨ ਟੂ ਸ਼ੁਭਦੀਪਸ ਫੈਮਿਲੀ ਸ਼ੁਭਦੀਪ ਦੀ ਫੈਮਿਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰ ਪੰਜਾਬ ਪੰਜਾਬੀਤ ਜਿੰਦਾਬਾਦ ਆਓ ਇੱਕ ਝਾਤੀ ਆਪਾਂ ਕਮੈਂਟ ਸੈਕਸ਼ਨ ਦੇ ਵੱਲ ਮਾਰ ਲਈਏ ਕਿ ਲੋਕਾਂ ਦੇ ਇਸ ਚੀਜ਼ ਦੇ ਉੱਪਰ ਕੀ ਪ੍ਰਤੀਕਿਰਿਆ ਹੈ ਤਾਂ ਦੋਸਤੋ ਪਹਿਲੇ ਨੰਬਰ ਤੇ ਜਿਹੜਾ ਕਮੈਂਟ ਸ਼ੋ ਹੋ ਰਿਹਾ ਉਸ ਦੇ ਵਿੱਚ ਲਿਖਿਆ ਆਇਆ ਵਾਹ ਏ ਜੱਟਾ ਦਿਲ ਕੁਛ ਕੀਤਾ ਹੈ ਲੋਕ ਕਿੰਨੀ ਮਰਜ਼ੀ ਨਫ਼ਰਤ ਕਰੀ ਜਾਣ ਪਰਮਾਨਾ ਤੇਰੇ ਚ ਪਿਆਰ ਭਰਿਆ ਹੋਇਆ ਮਨਿੰਦਰ ਗਿੱਲ ਲਿਖਦਾ ਹੈ ਜਦੋਂ ਸਿੱਧੂ ਇਸ ਦੁਨੀਆ ਤੋਂ ਗਿਆ ਸੀ ਭਾਈ ਨੇ ਉਸ ਟਾਈਮ ਵੀ ਪੋਸਟ ਪਾਈ ਸੀ ਤਾਂ ਦੋਸਤੋ ਇੱਕ ਤਰੀਕੇ ਨਾਲ ਸਾਰੇ ਕਮੈਂਟ ਪੋਜ਼ਿਟਿਵਿ ਸ਼ੋ ਹੋ ਰਹੇ ਨੇ ਕਿਉਂਕਿ ਇਹ ਬੱਬੂ ਮਾਨ ਦੇ ਅਫੀਸ਼ੀਅਲ ਅਕਾਊਂਟ ਤੇ ਪੋਸਟ ਸਾਂਝੀ ਹੋਈ ਹੋਈ ਇਸ ਪੋਸ ਨੂੰ ਪਏ ਨੂੰ ਜ ਖਾਸਾ ਟਾਈਮ ਵੀ ਨਹੀਂ ਹੋਇਆ ਸਿਰਫ 19 ਮਿੰਟ ਹੋਏ ਹਨ ਤੇ ਤੁਹਾਡੀ ਇਸ ਚੀਜ਼ ਬਾਰੇ ਕੀ ਪ੍ਰਤੀਕਿਰਿਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਜੁੜ ਦੱਸਿਓ ਤੇ ਇਦਾਂ ਦੀ ਹੋਰ ਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਧੰਨਵਾਦ